ਸਤਿ ਸ਼੍ਰੀ ਅਕਾਲ ਵਿਜ਼ਨ ਪੰਜਾਬ ਟੀਵੀ ਵੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਕੌਮਿਤਾ ਮਿਨਹਾਸ। ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਸਟੋਰੀ ਆਫ ਦਾ ਡੇ ਵਿਜ਼ਨ ਸਪੈਸ਼ਲ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਦੇ ਮੁੱਖ ਸਮਾਗਮ ਸੁਲਤਾਨਪੁਰ ਲੋਧੀ ਵਿਖੇ ਹੋ ਰਹੇ ਨੇ। ਪੰਜਾਬ ਸਰਕਾਰ ਅਤੇ SGPC ਵਿੱਚ ਸਾਂਝੀ ਸਹਿਮਤੀ ਨਾ ਬਣਨ ਤੋਂ ਬਾਅਦ ਵੱਖ ਵੱਖ ਸਟੇਜਾਂ ਲਗਾਈਆਂ ਗਈਆਂ। ਆਪਣੇ ਆਪਣੇ ਤੌਰ 'ਤੇ ਵੱਖ ਵੱਖ ਪ੍ਰਬੰਧ ਕੀਤੇ ਗਏ। ਆ ਜਾਣਦਿਆਂ ਕੀ ਕੁਝ ਪ੍ਰਬੰਧ ਕੀਤੇ ਗਏ ਨੇ ਅਤੇ ਉੱਥੇ ਪਹੁੰਚ ਰਹੀ ਸੰਗਤ ਨੂੰ ਕੀ ਕੁਝ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਜਿੱਥੇ ਇਸ ਵਾਰ ਪੂਰੀ ਦੁਨੀਆ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਸੁਲਤਾਨਪੁਰ ਲੋਧੀ ਮੁੱਖ ਸਮਾਗਮ ਕੀਤੇ ਜਾ ਰਹੇ ਨੇ, ਜਿੱਥੇ ਗੁਰੂ ਨਾਨਕ ਦੇਵ ਜੀ ਨੇ 13-13 ਤੋਲ ਕੇ ਹੱਟ ਚਲਾਈ। ਇੱਥੇ ਹੀ ਗੁਰੂ ਨਾਨਕ ਸਾਹਿਬ ਨੂੰ ਬੇਈਂ ਦੇ ਕੰਢੇ ਗਿਆਨ ਪ੍ਰਾਪਤ ਹੋਇਆ। ਗੁਰੂ ਸਾਹਿਬ ਨੇ ਪਹਿਲਾਂ ਉਪਦੇਸ਼ ਨਾ ਕੋਈ ਹਿੰਦੂ ਨਾ ਮੁਸਲਮਾਨ ਦਾ ਦਿੱਤਾ ਸੀ। ਸਰਕਾਰ ਅਤੇ SGPC ਵੱਲੋਂ ਸਾਂਝੀ ਸਟੇਜ ਲਈ ਸਹਿਮਤੀ ਨਾ ਬਣਨ ਤੋਂ ਬਾਅਦ ਆਪਸੀ ਖਿੱਚੋਤਾਣ ਅਜੇ ਵੀ ਜਾਰੀ ਹੈ। ਸੁਲਤਾਨਪੁਰ ਵਿੱਚ ਅਲੱਗ ਅਲੱਗ ਸਟੇਜਾਂ ਲਗਾ ਕੇ ਜ਼ੋਰ ਸ਼ੋਰ ਨਾਲ ਤਿਆਰੀਆਂ ਕੀਤੀਆਂ ਗਈਆਂ ਨੇ। ਵੱਖੋ ਵੱਖਰੇ ਸੱਦੇ ਵੀ ਦਿੱਤੇ ਗਏ। ਪੰਜਾਬ ਸਰਕਾਰ ਵੱਲੋਂ ਸਮਾਗਮਾਂ ਦੀ ਆਰੰਭਤਾ ਸਹਿਜ ਪਾਠ ਨਾਲ ਕੀਤੀ ਗਈ ਅਤੇ ਬਾਅਦ ਵਿੱਚ ਕੀਰਤਨ, ਕਥਾ, ਵਿਚਾਰ, ਢਾਡੀ ਵਾਰਾਂ, ਪ੍ਰਦਰਸ਼ਨੀਆਂ ਰਾਹੀਂ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਦਾ ਵਿਖਿਆਨ ਰੋਜ਼ ਹੀ ਵੱਖ ਵੱਖ ਵੰਨਗੀਆਂ ਰਾਹੀਂ ਕੀਤਾ ਜਾ ਰਿਹਾ ਹੈ। ਉੱਥੇ ਹੀ ਕਾਂਗਰਸ ਸਰਕਾਰ ਦੀ ਸਟੇਜ 'ਤੇ ਹੋ ਰਹੇ ਨਾਚ ਗਾਣਿਆਂ 'ਤੇ ਵੀ ਸਵਾਲ ਉੱਠ ਰਹੇ ਨੇ। ਪੰਜਾਬ ਸਰਕਾਰ ਵੱਲੋਂ ਇੱਕ ਹੋਰ ਚੰਗੀ ਪਹਿਲ ਕਰਦੇ ਹੋਏ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ 'ਤੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਗਿਆ, ਜਿਸ ਦੇ ਪਹਿਲੇ ਦਿਨ ਹੀ ਕਾਫ਼ੀ ਸਾਰਥਕ ਨਤੀਜੇ ਸਾਹਮਣੇ ਆਏ। ਸਾਰੀਆਂ ਪਾਰਟੀਆਂ ਨੇ ਰਲ ਮਿਲ ਕੇ ਗੁਰੂ ਸਾਹਿਬ ਦੀ ਸ਼ਤਾਬਦੀ ਮਨਾਉਣ ਦੀ ਹਾਮੀ ਭਰੀ, ਪਰ ਦੇਖਣਾ ਇਹ ਹੋਵੇਗਾ ਕਿ ਆਪਣੀ ਕਹਿਣੀ ਅਤੇ ਕਰਨੀ 'ਤੇ ਕਿੰਨਾ ਕੁ ਖਰੇ ਉਤਰਦੇ ਨੇ। ਸੰਗਤਾਂ ਦੇ ਆਉਣ ਜਾਣ ਲਈ ਫ੍ਰੀ ਆਵਾਜਾਈ ਦੇ ਸਾਧਨ ਅਤੇ ਠਹਿਰਨ ਦੇ ਲਈ ਵੀ ਪੁਖਤਾ ਪ੍ਰਬੰਧ ਕੀਤੇ ਗਏ ਨੇ। ਬਹੁਤ ਸਾਰੇ ਮਹਾਂਪੁਰਸ਼ਾਂ, ਸਰਕਾਰ ਅਤੇ SGPC ਵੱਲੋਂ ਆਉਣ ਵਾਲੀਆਂ ਸੰਗਤਾਂ ਲਈ ਵੱਖ ਵੱਖ ਸਥਾਨਾਂ 'ਤੇ 100 ਤੋਂ ਵੱਧ ਲੰਗਰ ਲਗਾਏ ਗਏ ਨੇ। ਸਾਡੀ ਟੀਮ ਨੇ ਸੁਲਤਾਨਪੁਰ ਲੋਧੀ ਪਹੁੰਚ ਕੇ ਉੱਥੇ ਆਉਣ ਵਾਲੀਆਂ ਸੰਗਤਾਂ ਲਈ ਆਵਾਜਾਈ ਦੇ ਕੀ ਪ੍ਰਬੰਧ ਕੀਤੇ ਗਏ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ। ਇਹ ਵੀ ਜਾਣਿਆ ਗਿਆ ਕਿ ਉੱਥੇ ਪਾਰਕਿੰਗ ਦੀ ਕੀ ਸੁਵਿਧਾ ਦਿੱਤੀ ਜਾ ਰਹੀ ਹੈ। ਸੰਗਤਾਂ ਪਹੁੰਚ ਰਹੀਆਂ ਸੁਲਤਾਨਪੁਰ ਲੋਧੀ, ਉਹ ਸਥਾਨ, ਉਹ ਜਗ੍ਹਾ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਲਗਭਗ 14 ਸਾਲ 9 ਮਹੀਨੇ 13 ਦਿਨ ਇਸ ਆਪਣੇ ਜੀਵਨ ਦੇ ਇੱਥੇ ਸੁਲਤਾਨਪੁਰ ਲੋਧੀ ਦੇ ਵਿੱਚ ਬਤੀਤ ਕੀਤੇ। ਇਸੇ ਸੁਲਤਾਨਪੁਰ ਲੋਧੀ ਉਹਨਾਂ ਘਰ ਵੱਲੋਂ ਔਰ ਸ਼੍ਰੋਮਣੀ ਕਮੇਟੀ ਦੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਆ, ਕਿਉਂਕਿ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਨੇ ਇੱਥੇ ਪਹੁੰਚਣਾ ਹੈ। ਵੱਡੀ ਮਾਤਰਾ ਦੇ ਵਿੱਚ ਪੰਜਾਬ ਹੀ ਨਹੀਂ, ਪੰਜਾਬ ਤੋਂ ਬਾਹਰੀ ਸੂਬੇ ਔਰ ਨਾਲ ਦੀ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨੇ ਇੱਥੇ ਨਤਮਸਤਕ ਹੋਣ ਲਈ ਪਹੁੰਚਣਾ ਹੈ। 12 ਨਵੰਬਰ ਨੂੰ
ਵੱਡੇ ਸਮਾਗਮ ਹੋਣੇ ਆ, ਧਾਰਮਿਕ ਸਮਾਗਮ ਹੋਣੇ ਆ, ਜਿਸ ਦੇ ਵਿੱਚ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਨੇ ਹਾਜ਼ਰੀ ਲਵਾਉਣੀ ਹੈ। ਇੱਥੇ ਨਤਮਸਤਕ ਹੋਣਾ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਨਤਮਸਤਕ ਹੁਣ ਪਹੁੰਚਣਾ ਹੈ। ਅਸੀਂ ਇਸ ਵੇਲੇ ਮੌਜੂਦ ਹਾਂ ਸੁਲਤਾਨਪੁਰ ਲੋਧੀ ਦੇ ਉਸ ਪਾਸੇ, ਕਪੂਰਥਲਾ ਜਲੰਧਰ ਵਾਲੇ ਪਾਸਿਓਂ। ਜੇਕਰ ਸੰਗਤਾਂ ਇੱਥੇ ਪਹੁੰਚਣਗੀਆਂ, ਕਪੂਰਥਲਾ ਵਾਇਆ ਜਲੰਧਰ ਹੋ ਕੇ ਪੰਜਾਬ ਦੇ ਕਿਸੇ ਵੀ ਹਿੱਸੇ ਤੋਂ ਜਦ ਸੰਗਤਾਂ ਆਉਣਗੀਆਂ ਤਾਂ ਸੁਲਤਾਨਪੁਰ ਲੋਧੀ ਤੋਂ ਲਗਭਗ 3 ਕਿਲੋਮੀਟਰ ਦੀ ਦੂਰੀ 'ਤੇ ਉਹਨਾਂ ਨੂੰ ਰੁਕਣਾ ਪੈਣਾ। ਉੱਥੇ ਇੱਕ ਬੈਰੀਗੇਟ ਹੈ, ਉੱਥੇ ਪੰਜਾਬ ਪੁਲਿਸ ਤਾਇਨਾਤ ਹੈ, ਇੱਕ ਨਾਕਾ ਲੱਗਾ ਹੋਇਆ ਜਿੱਥੋਂ ਨਿੱਜੀ ਵਾਹਨ ਜਿਹੜੇ ਹੈ ਉਹਨਾਂ ਨੂੰ ਉੱਥੇ ਰੋਕਿਆ ਜਾਏਗਾ। ਔਰ ਉਸਦੇ ਖੱਬੇ ਪਾਸੇ ਇੱਕ ਵੱਡੀ ਪਾਰਕਿੰਗ ਬਣੀ ਹੋਈ ਹੈ ਜਿੱਥੇ ਇਹ ਵਾਹਨ ਰੋਕੇ ਜਾਣਗੇ। ਨਿੱਜੀ ਵਾਹਨ ਜਿਹੜੇ ਕਾਰਾਂ, ਚਾਹੇ ਉਹ ਟਰੈਕਟਰ ਟਰਾਲੀਆਂ ਬੱਸਾਂ, ਕੋਈ ਵੀ ਨਿੱਜੀ ਵਾਹਨ ਨੇ, ਸਾਧਨ ਨੇ ਜਿਹੜੇ, ਉਹਨਾਂ ਨੂੰ ਉਹਨਾਂ 'ਤੇ ਸੰਗਤਾਂ ਪਹੁੰਚਣਗੀਆਂ, ਉਹ ਇਸ ਪਾਰਕਿੰਗ ਦੇ ਵਿੱਚ ਰੁਕਣਗੀਆਂ। ਅਸੀਂ ਪਾਰਕਿੰਗ ਦੇ ਵਿੱਚ ਮੌਜੂਦ ਹਾਂ ਸੁਲਤਾਨਪੁਰ ਲੋਧੀ ਦੀ, ਉਹ ਪਾਰਕਿੰਗ ਜਿੱਥੇ ਵੱਡੀ ਮਾਤਰਾ ਦੇ ਵਿੱਚ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਉਹ ਨਤਮਸਤਕ ਹੋਣ ਦੇ ਲਈ ਆ ਰਹੀਆਂ। ਔਰ ਨਿੱਜੀ ਵਾਹਨ ਨੇ ਜਿਹੜੇ, ਜਿਨ੍ਹਾਂ ਵਾਹਨਾਂ 'ਤੇ ਸੰਗਤਾਂ ਆਪਣੇ ਘਰੋਂ ਚੱਲੀਆਂ ਔਰ ਇੱਥੇ ਆ ਕੇ ਉਹ ਸਾਧਨ ਰੋਕੇ ਗਏ, ਸਭ ਤੋਂ ਪਹਿਲਾ ਪੜਾਅ ਹੋਣਾ ਹੈ ਪ੍ਰਕਿਰਿਆ ਦਾ। ਉਹ ਪ੍ਰਕਿਰਿਆ ਜਿਸ ਤੋਂ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਪਹੁੰਚ ਕੇ ਨਤਮਸਤਕ ਹੋਣਾ ਹੈ, ਕਾਲੀ ਵੇਈ ਦੇ ਦਰਸ਼ਨ ਹੋਣੇ ਆ, ਸੰਗਤਾਂ ਉੱਥੇ ਪਹੁੰਚਣਗੀਆਂ। ਸਭ ਤੋਂ ਪਹਿਲਾ ਪੜਾਅ ਇਹ ਕਿ ਦਿਖਾਉਣਗੇ ਕਿ ਇੱਥੇ ਪੰਜਾਬ ਸਰਕਾਰ ਵੱਲੋਂ ਇੱਥੇ ਕੁਝ ਸਰਕਾਰੀ ਬੱਸਾਂ ਔਰ ਪ੍ਰਬੰਧ ਕੀਤਾ ਗਿਆ। ਈ ਰੇਖਾ, ਸਾਡੀ ਟੀਮ ਨੇ ਉੱਥੇ ਆਉਣ ਵਾਲੀਆਂ ਸੰਗਤਾਂ ਲਈ ਹੋਰ ਕੀ ਕੁਝ ਪ੍ਰਬੰਧ ਕੀਤੇ ਗਏ ਨੇ ਇਹ ਵੀ ਦੇਖਣ ਦੀ ਕੋਸ਼ਿਸ਼ ਕੀਤੀ। ਉੱਥੇ ਮੌਜੂਦ ਸੇਵਾਦਾਰਾਂ ਅਤੇ ਸੰਗਤਾਂ ਨਾਲ ਵੀ ਗੱਲਬਾਤ ਕਰਕੇ ਜਾਣਿਆ ਕਿ ਲੰਗਰ ਦੇ ਕੀ ਕੁਝ ਪ੍ਰਬੰਧ ਕੀਤੇ ਗਏ ਨੇ ਅਤੇ ਕਿਸ ਤਰ੍ਹਾਂ ਹੋਰ ਸਹੂਲਤਾਂ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ। ਅਸੀਂ ਇੱਥੇ ਦੇਖਿਆ ਪੂਰਾ ਮਾਹੌਲ, ਤਾਂ ਇੱਥੇ ਵੱਖ ਵੱਖ ਥਾਵਾਂ 'ਤੇ ਬਹੁਤ ਸਾਰੇ ਲੰਗਰ ਲੱਗੇ ਹੋਏ ਆ। ਬਾਬੇ ਨਾਨਕ ਦੀ ਉਹ ਪ੍ਰਥਾ ਜੋ 13-13 ਕਰਕੇ ਚੱਲਦੀ ਆ, ਅੱਜ ਵੀ ਉਹਨਾਂ ਦੇ ਲੰਗਰ ਹੈ ਜਿਹੜੇ ਉਹ ਵੱਡੀ ਮਾਤਰਾ ਦੇ ਵਿੱਚ ਚੱਲਦੇ ਆ। ਬਾਬੇ ਨਾਨਕ ਦੀ ਚਲਾਈ ਹੋਈ ਪ੍ਰਥਾ, ਇੱਥੇ ਲੰਗਰ ਲੱਗੇ ਹੋਏ ਆ। ਸਾਡੇ ਨਾਲ ਕੁਛ ਬਜ਼ੁਰਗ ਮੌਜੂਦ ਹੈ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ। ਕੀ ਨਾਮ ਹੈ ਜੀ? ਬਲਵਿੰਦਰ ਸਿੰਘ ਜੀ। ਕਿਹੜੇ ਪਿੰਡ ਤੋਂ ਜੀ? ਰਾਜੋਗਿਆਂ ਤੋਂ ਜੀ। ਇਹ ਇੱਥੇ ਲੰਗਰ ਜਿਹੜਾ ਤੁਸੀਂ ਲਾ ਰੱਖਿਆ, ਇਹ ਆਪਣੇ ਪਿੰਡ ਦੇ ਵੱਲੋਂ ਲਾਇਆ ਹੋਇਆ? ਹਾਂਜੀ, ਅਸੀਂ ਆਪਣੇ ਪਿੰਡ ਵੱਲੋਂ ਲਾਇਆ ਜੀ। ਜੀ, ਔਰ ਕਿੰਨੀ ਕੁ ਸੰਗਤ ਇੱਥੇ, ਕਿਉਂਕਿ ਕਾਫੀ ਦਿਨਾਂ ਤੋਂ ਤੁਹਾਡਾ ਲੰਗਰ ਇੱਥੇ ਚੱਲ ਰਿਹਾ ਹੋਣਾ, ਕਿੰਨੀ ਕੁ ਸੰਗਤ ਇੱਥੇ ਨਤਮਸਤਕ ਹੋ ਰਹੀ ਹੈ, ਕਿਸ ਤਰ੍ਹਾਂ ਦੇ ਪ੍ਰਬੰਧ ਹੈ ਇੱਥੇ? ਇੱਥੇ ਜੀ ਬਹੁਤ ਵਧੀਆ ਲੰਗਰ ਚੱਲ ਰਿਹਾ ਅਤੇ ਬਹੁਤ ਵਧੀਆ ਨਤਮਸਤਕ ਹੋ ਰਹੇ ਆ। ਬੜੀ ਜਨਤਾ ਆ ਰਹੀ ਹੈ ਜੀ, ਲੱਖਾਂ ਦੇ ਹਿਸਾਬ ਨਾਲ ਜੀ। ਹਾਂਜੀ ਜੀ। ਔਰ ਜੇਕਰ ਇੱਥੇ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਪ੍ਰਬੰਧ ਕਿਸ ਤਰ੍ਹਾਂ ਦੇ ਆ? ਲੋਕਾਂ ਨੂੰ ਕਿਤੇ ਪਰੇਸ਼ਾਨੀ ਕੋਈ ਆਉਂਦੀ ਆ ਜਾਂ ਬਸ ਠੀਕ ਪ੍ਰਬੰਧ ਨੇ ਇੱਥੇ, ਮਤਲਬ ਜਿਹੜੀ ਸੰਗਤ ਪਹੁੰਚਦੀ ਹੈ ਉਹਨਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਤਾਂ ਨਹੀਂ ਕਰਨਾ ਪੈਂਦਾ? ਨਹੀਂ ਜੀ, ਕੋਈ ਸਮੱਸਿਆ ਨਹੀਂ ਕਰਨੀ। ਹਾਂਜੀ, ਬਹੁਤ ਵਧੀਆ ਚੰਗਾ। ਹਾਂਜੀ, ਕਿਰਪਾ ਕੀਤੀ ਸਾਰੀ, ਬਹੁਤ ਹਾਂਜੀ, ਪਰਮੇਸ਼ਰ ਨੇ ਬਹੁਤ ਕਿਰਪਾ ਕੀਤੀ ਸਾਰੀ ਜੀ। ਕਰਨ ਵਾਲਾ ਮਾਲਕ ਹੀ ਆ ਜੀ। ਹਾਂਜੀ,
ਉਹ ਜੋ ਵੀ ਪਰਮੇਸ਼ੁਰ ਕਰ ਰਿਹਾ ਨਾ, ਅਸੀਂ ਪਰਮੇਸ਼ੁਰ ਦੇ ਭਰੋਸੇ ਸਾਰਾ ਲੰਗਰ ਚੱਲਣ ਰਿਹਾ। ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹਾਂ ਜੇਕਰ ਅਸੀਂ ਸਭ ਆਪਣੀ ਗੱਲ ਕਰੀਏ ਤਾਂ ਅਸੀਂ ਵਡਭਾਗੇ ਹਾਂ ਕਿ ਅਸੀਂ 550 ਸਾਲਾਂ ਦੇ ਵਿੱਚ ਅਸੀਂ ਇਹਨੂੰ ਮਨਾਉਣ ਦੇ ਲਈ, ਅਸੀਂ ਨਤਮਸਤਕ ਹੋਣ ਦੇ ਲਈ ਜਿਉਂਦੇ ਰਹੇ ਹਾਂ, ਅਸੀਂ ਹੈਗੇ ਹਾਂ। ਕਿਹੋ ਜਿਹਾ ਮਹਿਸੂਸ ਕਰਦੇ ਹੋ ਕਿ ਅਸੀਂ 500 ਸਾਲਾਂ ਦੇ ਵਿੱਚ ਨਹੀਂ ਸੀ, ਸ਼ਾਇਦ ਅਸੀਂ 600 ਸਾਲਾਂ ਦੇ ਵਿੱਚ ਵੀ ਨਾ ਹੋਈਏ, ਕਿਸ ਤਰ੍ਹਾਂ ਦਾ ਲੱਗਦਾ? ਅਸੀਂ ਜੀ ਅਸੀਂ ਆਪਣੇ ਆਪ ਨੂੰ ਬੜਾ ਵਡਭਾਗਾ ਕਹਿੰਦੇ ਹਾਂ ਕਿ ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਇਹ ਦਿਨ ਆਇਆ। ਅੱਗੇ ਤੋਂ ਸਾਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਇਹ ਦਿਨ ਜਿਹੜਾ ਸਾਡੇ 'ਚ ਨਹੀਂ ਆਉਣਾ, ਲੇਕਿਨ ਆਉਣ ਵਾਲੀ ਜਿਹੜੀ ਹੋਊਗੀ ਪੀੜ੍ਹੀ ਉਹਨਾਂ ਦੇ 'ਚ ਬਹੁਤ ਜ਼ਰੂਰ ਆਊਗਾ। ਜਿੱਥੇ ਤੱਕ ਅਸੀਂ ਪਹੁੰਚ ਗਏ ਹਾਂ ਸਾਨੂੰ ਨਹੀਂ ਇਹ, ਅਸੀਂ ਆਪਣੇ ਆਪ ਨੂੰ ਬੜਾ ਵਡਭਾਗਾ ਕਹਿੰਦੇ ਹਾਂ ਕਿ ਸਾਡੇ ਜ਼ਿੰਦਗੀ ਦੇ ਵਿੱਚ ਇਹ ਜਿਹੜਾ ਦਿਨ ਆਇਆ ਹੈ। ਅਸੀਂ ਆਪਣੇ ਆਪ ਨੂੰ ਬਹੁਤ ਚੰਗਾ ਸਮਝਦੇ ਹਾਂ। ਖੁਸ਼ੀ ਸਾਨੂੰ ਇਹ ਆ ਕਿ ਸਾਡਾ ਨਗਰ ਅੱਜ ਕੇ ਜਿਹੜਾ ਦੋ ਪਾਰਟੀਆਂ ਹੁੰਦੀਆਂ ਅਕਾਲੀ ਦਲ ਕਾਂਗਰਸ, ਅਤੇ ਉਹ ਸਾਰੀ ਸਾਨੂੰ ਇੱਕੋ ਹੀ ਹੋ ਗਏ, ਅਤੇ ਇਹਦੇ ਕਿਰਪਾ ਕਰਕੇ ਅਤੇ ਇੱਥੇ ਇਕੱਠੇ ਹੋ ਗਏ ਸਾਰਾ ਰਾਜ ਹੋ ਗਏ, ਇੱਥੇ ਸਾਰਾ ਆਪਦਾ ਜ਼ੋਰ ਲਾ ਕੇ ਬਲਟੋਆ ਬਲਾਕ ਬਲਟੋਏ ਦੇ ਸਿੰਘ ਵੀ ਸਾਡੇ ਨਾਲ ਜੁੜੇ ਆ, ਡਿੱਬੀਪੁਰੇ ਦੇ ਜੁੜੇ ਆ, ਇਹ ਤਿੰਨਾਂ ਸਿੰਘਾਂ 'ਚ ਆਉਣੇ ਆ ਕੇ ਬਹੁਤ ਚੜ੍ਹਦੀ ਕਾਲ ਨਾਲ ਲੱਖਾਂ ਕਰੋੜਾਂ ਰੁਪਈਆ ਜੋ ਵੀ ਚਾਹੀਦਾ ਉਹ ਹੀ ਪੂਰਾ ਕਰਵਾਉਣ ਡਿਆ। ਲੱਖਾਂ ਹਿਸਾਬ ਨਾਲ ਗਿਣਤੀ ਨਾਲ ਹੀ ਉਹਨਾਂ ਨੂੰ ਆਖਿਆ ਵੀ ਜੇ ਲੱਖ ਆ, 2 ਲੱਖ ਆ, 4 ਲੱਖ ਬੰਦਾ ਉਹਦੇ ਸਾਂਭਾਂਗੇ, ਅਤੇ ਉਸ ਹਿਸਾਬ ਨਾਲ ਸਾਡੀ ਮਹਾਰਾਜ ਬੜੀ ਕਿਰਪਾ ਸਾਡੇ ਕਰਨ ਡਿਆ ਹੈ ਜੀ। ਇੱਕ ਵੱਡੀ ਮਿਸਾਲ ਹੈ ਪਿੰਡ ਰਾਜੋ ਕੇ, ਇਹਨਾਂ ਨੇ ਦੱਸਿਆ ਕਿ ਵੱਡੀ ਮਿਸਾਲ ਇਹਨਾਂ ਨੇ ਦੱਸੀ ਹੈ ਕਿ ਜੇਕਰ ਅਸੀਂ ਵੱਡੇ ਸਮਾਗਮਾਂ ਦੀ ਗੱਲ ਕਰੀਏ ਤਾਂ ਹਾਲੇ ਵੀ ਦੁਚਿੱਤੀ ਦੇ ਵਿੱਚ ਹੀ ਆ। ਦੁਚਿੱਤੀ ਦੇ ਵਿੱਚ ਵੀ ਨਹੀਂ ਕਿਹਾ ਜਾ ਸਕਦਾ ਇਸ ਵੇਲੇ, ਲਗਭਗ ਤੈਅ ਹੈ ਕਿ ਸਟੇਜਾਂ 2 ਹੀ ਲੱਗ ਰਹੀਆਂ। ਉੱਥੇ ਕਿਤੇ ਨਾ ਕਿਤੇ ਕਾਂਗਰਸ ਔਰ ਅਕਾਲੀ ਦਲ ਸ਼੍ਰੋਮਣੀ ਕਮੇਟੀ ਦੀ ਗੱਲ ਕਰ ਲਈਏ ਤਾਂ ਵੱਖੋ ਵੱਖਰੇ ਰਾਹ ਹੈ, ਪਰ ਇੱਥੇ ਇੱਕ ਵੱਡੀ ਮਿਸਾਲ ਇਹਨਾਂ ਦਿੱਤੀ ਆ। ਕਹਿੰਦੇ ਜੀ ਸਾਡੇ ਪਿੰਡ ਦੇ ਵਿੱਚ ਜੋ ਵੀ ਪਾਰਟੀਆਂ ਹੈਗੀਆਂ ਸਾਰੇ ਅਸੀਂ ਇੱਕਮੁੱਠ ਹੋ ਗਏ ਹਾਂ, ਇੱਕਮੁੱਠ ਹੋ ਕੇ ਅਸੀਂ ਇਹ ਲੰਗਰ ਲਾਏ ਆ। ਤੁਹਾਡਾ ਕੀ ਨਾਮ ਹੈ ਜੀ? ਗੁਰਬਲ ਸਿੰਘ ਜੀ। ਜੀ ਕਿਸ ਤਰ੍ਹਾਂ ਦੇ ਲੰਗਰ ਲੱਗ ਰਿਹਾ, ਕੀ ਕੁਝ ਸੰਗਤਾਂ ਦੇ ਲਈ ਤੁਸੀਂ ਪੇਸ਼ ਕਰ ਰਹੇ ਹੋ? ਅਸੀਂ ਜੀ ਜੋ ਵੀ ਆ ਮਠਿਆਈਆਂ ਪਕੌੜੇ 3-4 ਕਿਸਮ ਦੇ ਜੋ ਵੀ ਸੰਗ ਦੀ ਖੁਸ਼ੀ ਲਈ ਸਾਰੀ ਸੰਗਤ ਨੇ ਚਾਹ ਨਾਲ ਵੱਸ ਵੱਸ ਚੀਜ਼ ਬਦਲ ਕੇ ਵਰਾਇਟੀਆਂ ਅਤੇ ਸੰਗਤ ਨੂੰ ਖੁਸ਼ੀ ਕਿ ਵਰਤਾਉਂਦੇ ਹਾਂ ਖਾਂਦੇ ਹਾਂ। ਸਾਡੇ ਪਿੰਡ ਨੂੰ ਲੋਕਾਂ ਗ੍ਰਾਹੀ ਬੜੀ ਖੁਸ਼ ਹੋ ਕੇ ਦਿੱਤੀ ਆ, ਜਿੰਨੋਂ ਸਾਨੂੰ ਆਸ ਸੀ ਉਦੋਂ ਵੱਧ ਪੈਸਾ ਸਾਡੇ ਮੈਨੂੰ ਇਕੱਠਾ ਹੋਇਆ ਲੋਕਾਂ ਨੇ। ਗੁਰੂ ਨਾਨਕ ਦੇਵ ਜੀ ਇਹ ਸਾਡੀ ਸ਼ਤਾਬਦੀ ਸਾਡੀ ਜੀਵਨ 'ਚ ਆਈ ਆ ਨਾ, ਬੜੀ ਖੁਸ਼ੀ ਨਾਲ ਲੋਕਾਂ ਨੇ ਮਨਾਈ ਆ, ਅਤੇ ਬਹੁਤ ਬੀਬੀਆਂ ਵੀ ਸਾਡੇ ਦੇ ਨਾਲ 80-90 ਆਈਆਂ ਨੇ, ਉਹ ਆਣ ਕੇ ਸਾਰੀ ਦਿਹਾੜੀ ਲੋਹ 'ਤੇ ਸੇਵਾ ਕਰਦੀਆਂ, ਕੋਈ ਥੱਕਦੀਆਂ ਨਹੀਂ, ਮਹਿਸੂਸ ਨਹੀਂ ਕਰਦੀਆਂ, ਕੋਈ ਦਿਹਾੜੀ 'ਤੇ ਅਸੀਂ ਬੰਨਾ ਹੀ ਲੈਂਦਾ, ਸਿਰਫ ਸੇਵਾ ਤੌਰ 'ਤੇ ਸਾਡੇ ਨਾਲ ਜਿਹਨੇ ਸੰਗਤ ਆ ਆਈ ਆ ਜੀ। ਤੁਹਾਡਾ ਸਾਰਾ ਪਿੰਡ ਇਹਨਾਂ ਨੇ ਦੱਸਿਆ ਹੈ ਕਿ ਸਾਰੇ ਪਿੰਡ ਨੇ ਸਹਿਯੋਗ ਦਿੱਤਾ? ਮੈਂ ਅਕਾਲੀ ਦਲ ਨੂੰ ਸਰਪੰਚ ਹਾਂ, ਸ਼ਿਦਾਰ ਨਿਸ਼ਾਨ ਸੋਂ ਕਾਂਗਰਸ ਨੂੰ ਸਰਪੰਚ ਹਾਂ, ਅਸੀਂ ਦੋਵੇਂ ਸਰਪੰਚ ਮੌਜੂਦ ਹਾਂ ਨਾਲ ਸਾਡੀ ਸਾਰੀ ਸੰਗਤ, ਅਤੇ ਕੋਈ ਫੁੱਟ ਨਹੀਂ ਮਾਰ ਰਹੀ ਦੇ ਘਰ, ਅਸੀਂ ਇੱਕ ਪਰਮਾਤਮਾ ਦਾ ਗੁਰੂ ਨਾਨਕ ਦਾ ਦਿਹਾੜਾ ਸਮਝ ਕੇ ਸੇਵਾ ਕਰ ਰਹੇ, ਕੋਈ ਸਾਡੇ ਫੁੱਟ ਨਹੀਂ, ਕੋਈ ਗੱਲ ਕੋਈ ਕਿਸੇ ਦੀ ਮਾੜੀ ਚੰਗੀ ਨਹੀਂ ਕਰ ਰਿਹਾ ਜੀ। ਬਹੁਤ ਬਹੁਤ ਚੰਗੀ ਗੱਲ ਹੈ, ਖੁਸ਼ੀ ਹੁੰਦੀ ਹੈ ਇਸ ਗੱਲ ਦੀ ਬੜੀ ਹਾਂਜੀ ਆ ਗਏ ਆ ਜੀ, ਇਸ ਗੱਲ ਦੀ ਚੰਗੀ ਗੱਲ ਹੈ, ਬਹੁਤ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ, ਅਸੀਂ ਇਹ ਗੱਲ ਕਹਿੰਦੇ ਹਾਂ ਕਿ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ। ਮੇਰਾ ਸਵਾਲ ਇੱਕ ਆਮ ਇਨਸਾਨ ਸਮਝ ਕੇ ਜਾਣੀ ਇੱਕ ਆਮ ਵਿਅਕਤੀ ਦੇ ਵੱਲੋਂ ਇਹ ਸਵਾਲ ਹੈ ਕਿ ਜੇਕਰ ਅਸੀਂ ਵੱਡੇ ਸਮਾਗਮਾਂ ਦੀ ਗੱਲ ਕਰੀਏ, ਬੇਸ਼ੱਕ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਦਿਹਾੜਾ, ਸਾਰੀਆਂ ਸੰਗਤਾਂ ਬੜੇ ਉਤਸ਼ਾਹ ਨਾਲ ਮਨਾ ਰਹੀਆਂ, ਇੱਥੇ ਸਿਆਸਤ ਨਹੀਂ ਹੋਣੀ ਚਾਹੀਦੀ ਕਿਸੇ ਤਰ੍ਹਾਂ ਦੀ ਵੀ, ਪਰ ਕੀ ਦੇਖਦੇ ਹੋ ਇੱਥੇ ਸਟੇਜਾਂ 2 ਲੱਗ ਰਹੀਆਂ, ਇੱਕ ਪਾਸੇ ਸ਼੍ਰੋਮਣੀ ਕਮੇਟੀ ਦੀ, ਦੂਜੇ ਪਾਸੇ ਕਾਂਗਰਸ ਦੀ, ਇਹਨੂੰ ਤੁਸੀਂ ਕਿਵੇਂ ਦੇਖਦੇ? ਬਖੋ ਜੀ ਇਹ ਵੀ ਕੰਮ ਗਲਤ ਹੈ ਜੀ, ਅਸੀਂ ਤਾਂ ਮਹਾਰਾਜ ਦੇ ਘਰ 'ਚ ਨਹੀਂ, ਕੋਈ ਸਿਆਸਤ ਦੀ ਗੱਲ ਨਹੀਂ ਹੋਣੀ ਚਾਹੀਦੀ, ਇਸ ਨਿੱਜੀ ਤੌਰ 'ਤੇ ਸਾਨੂੰ ਇੱਕ ਸਿਆਸਤ ਉੱਪਰ ਉੱਠ ਕੇ ਇਹ ਦਿਹਾੜੇ ਮਨਾਉਣੇ ਚਾਹੀਦੇ ਆ। ਕੋਈ ਸਾਡੇ ਅਸੀਂ ਤਾਂ ਇਸ ਤਰ੍ਹਾਂ ਹੀ ਮਨਾ ਰਹੇ ਹਾਂ, ਸਾਡਾ ਕੋਈ ਕਾਂਗਰਸ ਅਕਾਲੀ ਦਲ ਦਾ ਕੋਈ ਮਤਕਰਾ ਨਹੀਂ, ਅਸੀਂ ਇੱਕ ਪਰਮਾਤਮਾ ਨੂੰ ਮੁੱਖ ਰੱਖ ਕੇ ਅਤੇ ਸਾਂਝੀ ਸਟੇਜ 'ਤੇ ਸਾਂਝੀ ਗ੍ਰਾਈ ਕਰਕੇ ਸਾਂਝਾ ਲੰਗਰ ਚਲਾ ਰਹੇ ਹਾਂ ਅਤੇ ਸਾਰੀ ਮਨਾ ਰਹੇ ਹਾਂ। ਸਾਡੇ ਨਾਲ ਸਰਪੰਚ ਸਾਹਿਬ ਮੌਜੂਦ ਹੈ, ਕੀ ਨਾਮ ਹੈ ਜੀ?
ਨਿਸ਼ਾਨ ਸਿੰਘ ਜੀ ਜੀ ਦੱਸਿਆ ਸਾਨੂੰ ਪਤਾ ਲੱਗਾ ਹੈ ਕਿ ਪਿੰਡ ਰਾਜੋਕੇ ਦੇ ਜਿੰਨੇ ਮਤਲਬ ਬਾਸ਼ਿੰਦੇ ਆ ਉੱਥੋਂ ਦੇ ਰਹਿਣ ਵਾਲੇ ਚਾਹੇ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਹੋਣ ਸੋਹਣੇ ਪ੍ਰਬੰਧ ਕੀਤੇ ਆ, ਵਧੀਆ ਲੰਗਰ ਚੱਲ ਰਹੇ ਆ, ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਆਮ ਜੇਕਰ ਸਿਆਸੀ ਧਿਰ ਦੀ ਗੱਲ ਕਰ ਲਈਏ, ਸਿਆਸੀ ਧਿਰਾਂ ਨੂੰ ਕੀ ਸੰਦੇਸ਼ ਹੈ ਜਾਂ ਅਪੀਲ ਹੈ? ਇਹ ਤਾਂ ਗੁਰੂ ਨਾਨਕ ਸਾਹਿਬ ਦਾ ਸਾਰੇ ਅਸੀਂ ਰਲ ਕੇ ਸਾਰਾ ਨਗਰ ਮਨਾ ਰਹੇ ਹਾਂ। ਕੋਈ ਵੀ ਪਾਰਟੀ ਆ, ਚਾਬੀ ਵਾਲੇ, ਅਕਾਲੀ ਨੇ, ਕਾਂਗਰਸ, ਕੋਈ ਕੋਈ ਕਿਸੇ ਦਾ ਇਹਦੇ 'ਚ ਕੋਈ ਨਹੀਂ ਗਾ, ਇਹ ਇੱਕ ਮੁੱਠ ਹੋ ਕੇ ਸਾਰੇ ਦੇ ਮਨਾ ਰਹੇ ਹਾਂ। ਹਾਂਜੀ ਹਾਂਜੀ, ਇੱਥੇ ਦਿਲ ਖੋਲਣਾ ਚੱਲਦਾ ਜੋ ਚੱਲਦਾ ਹੈ। ਹਾਂਜੀ, ਕੋਈ ਇਹੋ ਜਿਹੀ ਗੱਲ ਨਹੀਂ। ਕਿੰਨੇ ਦਿਨਾਂ ਤੋਂ ਤੁਸੀਂ ਇਹ ਪ੍ਰਬੰਧ ਕੀਤੇ ਹੋਏ ਆ? ਕਿੱਦਣ ਦੇ? 1 ਤਰੀਕ ਤੋਂ ਜੀ। 1 ਤਰੀਕ ਤੋਂ ਕਦ ਕਦੋਂ ਤੱਕ ਚੱਲਣੇ ਆ? ਇਹ 13 ਤਰੀਕ ਤੱਕ ਜੀ। ਹਾਂਜੀ, ਚਲੋ ਠੀਕ ਹੈ ਜੀ, 15 ਤਰੀਕ ਤੱਕ। 15 ਤਰੀਕ ਤੱਕ ਜੀ 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 ਜੀ। ਤੁਹਾਡਾ ਕੀ ਨਾਮ ਹੈ? ਮੇਰਾ ਰਣਜੀਤ ਸਿੰਘ ਹੈ ਜੀ। ਇਹਨਾਂ ਨੇ ਦੱਸਿਆ ਕਿ ਤੁਸੀਂ ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਹੋ, ਅਕਾਲੀ ਦਲ ਦੇ ਨਾਲ ਸੰਬੰਧਿਤ ਹੈ, ਸੋਹਣੀ ਮਿਸਾਲ ਪੇਸ਼ ਹੋ ਰਹੀ ਹੈ, ਕਿੱਦਾਂ ਦਾ ਲੱਗਦਾ? ਬਹੁਤ ਵਧੀਆ ਲੱਗਦਾ ਜੀ। ਮੈਂ ਮੀਤ ਪ੍ਰਧਾਨ ਰਿਹਾ ਬਾਬਾ ਤਾਰਾ ਸਿੰਘ ਸ਼ਹੀਦ ਗੁਰਦੁਆਰਾ ਸਾਹਿਬ ਦਾ, ਇਹ ਸਰਪੰਚ ਸਾਹਿਬ ਨੇ ਉਦੋਂ, ਮੈਂ ਹੁਣ ਮੈਂ ਨਿਰਮਲ ਸਿੰਘ ਅਕਾਲੀ ਦਲ 'ਚ ਹਾਂ। ਇਹ ਭਰਾਵਾਂ ਆਖੂ ਇੱਥੇ ਸੇਵਾ ਕਰਾਉਂਦੇ, ਦੋਵੇਂ ਬੜਾ ਪ੍ਰੇਮ ਹੈ ਸਾਡੇ ਪਿੰਡ ਦੇ ਵਿੱਚ। ਸਾਡੇ 5000 ਦੇ ਲਾਗੇ ਵੋਟ ਆ ਸਾਡੇ ਪਿੰਡ 'ਚ, ਕੋਈ ਨਹੀਂ ਅੱਜ ਤੱਕ ਸਾਡੇ ਪਿੰਡ ਦੇ ਵਿੱਚ ਕੋਈ ਇਹੋ ਜਿਹਾ ਦੁਬਤਾ ਵਾਲੀ ਗੱਲ, ਪ੍ਰੇਮ ਪਿਆਰ ਦੇ ਨਾਲ ਇਹ ਸੇਵਾ ਕਰਾਉਣ ਡੇ ਨੇ ਮੋਢੀ ਬੰਦੇ ਆ। ਮਾਤਾ ਬੀਬੀਆਂ ਬੀਬੀਆਂ ਭੈਣਾਂ ਸਭ ਅਤੇ ਜਿੰਨੇ ਸਾਡੇ ਵੀਰ ਆ ਸਾਡੇ ਨਾਲ ਸਿੰਘ ਆਏ ਨਾ, ਰਾਤ ਦਿਨ ਕਰਕੇ ਅਸੀਂ ਗੁਰੂ ਨਾਨਕ ਪਾਤਸ਼ਾਹੀਆਂ ਖੁਸ਼ੀਆਂ ਲੈ ਕੇ ਘਰ ਨੂੰ ਜਾਣੀਆਂ ਝੋਲੀਆਂ ਭਰ ਕੇ ਮਹਾਰਾਜ ਦੀਆਂ। ਲੰਗਰ ਨਹੀਂ ਅਨੰਦਪੁਰ ਸਾਹਿਬ ਵੀ ਅਸੀਂ ਗੁਰੂ ਗੋਬਿੰਦ ਸਿੰਘ ਦਾ ਜੋ ਦਿਹਾੜਾ ਆਉਂਦਾ ਹੈ, ਇਸ ਤਰ੍ਹਾਂ ਹੀ ਪਿੰਡ ਨੂੰ ਖੁਸ਼ੀ ਖੁਸ਼ੀ ਅਨੰਦਪੁਰ ਸਾਹਿਬ ਹਰ ਵਰੇ ਦੇ ਵਰੇ ਲੰਗਰ ਲਾ ਕੇ 8 ਦਿਨ ਉੱਥੇ ਵੀ ਇਸ ਤਰ੍ਹਾਂ ਹੀ ਮਨਾਉਂਦੇ ਹਾਂ ਜੀ। ਸੰਤ ਬਾਬਾ ਗੁਰਦੇਵ ਸਿੰਘ ਸ਼ਹੀਦ ਬਾਗ ਵਾਲੇ, ਉਹ ਰਾਜੋ ਕਹਿੰਦੇ ਜੰਮਪਾਲ ਨੇ ਸਾਡੇ ਪਿੰਡੋਂ 5-4, ਬਾਬਾ ਤਰਨਦਾਸ ਜੀ ਉਹ ਵੀ ਸਾਡੇ ਪਿੰਡੋਂ ਸੰਤ ਬਣ ਕੇ ਨਿਕਲਿਆ, ਬਾਬਾ ਅਮਰੀਕ ਸਿੰਘ ਜਲਾਲ ਰਾਜੋ ਕੇ ਰਾਜੋਵਾਲ ਉਹ ਵੀ ਸਾਡੇ ਪਿੰਡ ਦੇ ਜੰਮਪਾਲ ਨੇ। ਸਾਡੇ ਪਿੰਡ ਸਾਧੂ ਜੰਮੇ ਆ, ਸਾਡੇ ਪਿੰਡ ਚੰਗੇ ਇਨਸਾਨ, ਵਧੀਆ ਵਧੀਆ ਇਨਸਾਨ ਆ। ਕੋਈ ਚੌਂਕੀ ਥਾਣੇ ਉਹ ਜਿਹੇ ਵੱਡੇ ਕੋਈ ਝਗੜੇ ਨਹੀਂ ਗਏ, ਕੋਈ ਵੀ ਮਤਲਬ ਹੋਵੇ ਵੀ ਤਾਂ ਬੰਦੇ ਭੌਂਦੇ ਆ। ਲੰਗਰ ਦੇ ਨਾਲ ਨਾਲ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਸੰਬੰਧੀ ਵੀ ਜਾਣਨ ਦੀ ਕੋਸ਼ਿਸ਼ ਕੀਤੀ ਗਈ ਸਾਡੀ ਟੀਮ ਵੱਲੋਂ। ਉੱਥੇ ਵਿਸ਼ੇਸ਼ ਤੌਰ 'ਤੇ ਦਿੱਲੀ ਤੋਂ ਲੋਕਾਂ ਦੀ ਸੇਵਾ ਕਰਨ ਪਹੁੰਚੇ ਡਾਕਟਰ ਸਾਹਿਬ ਨਾਲ ਗੱਲਬਾਤ ਕਰਕੇ ਜਾਣਿਆ ਕਿ ਉਹ ਕਿਸ ਤਰ੍ਹਾਂ ਇੱਥੇ ਪਹੁੰਚ ਰਹੇ ਲੋਕਾਂ ਦੀ ਸਿਹਤ ਦਾ ਧਿਆਨ ਰੱਖ ਰਹੇ ਨੇ। ਹਾਂਜੀ, ਮੈਂ ਡਾਕਟਰ ਰਣਦੀਪ ਸਿੰਘ, ਦਿੱਲੀ। ਅੱਜ ਅਸੀਂ ਸੰਗਤਾਂ ਦੇ ਦਰਸ਼ਨ ਕਰਨ ਗੁਰੂ ਨਾਨਕ ਪਾਤਸ਼ਾਹੀ ਦਾ ਆਗਮਨ ਪੁਰਬ 550 ਸਾਲਾਂ 'ਤੇ ਅੱਜ ਸੰਗਤਾਂ ਦੇ ਸਨਮੁੱਖ ਦਰਸ਼ਨ ਕਰਨ ਦੇ ਲਈ ਹਾਜ਼ਰ ਹੋਏ ਹਾਂ। ਬਾਬਾ ਜੀ ਅੱਗੇ ਚਰਨਾਂ 'ਚ ਬੇਨਤੀ ਕੀਤੀ ਸੀ, ਬਾਬਾ ਜੀ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਇੱਥੇ ਲੰਗਰ ਲੱਗਿਆ ਵੀ ਸੀ, ਅਤੇ ਉਦੋਂ ਅਸੀਂ ਬੇਨਤੀ ਕਰਨਾ ਚਾਹੀ, ਮੈਂ ਕਿਹਾ ਜੀ ਬਾਬਾ ਨੇ ਗੁਰੂ ਨਾਨਕ ਪਾਤਸ਼ਾਹ ਨੇ ਜੋ ਸਾਨੂੰ ਦੇਣ ਦਿੱਤੀ ਆ, ਅਸੀਂ ਕੁਛ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਚੱਲ ਕੇ ਆਏ ਹਾਂ। ਮੈਂ ਬੇਨਤੀ ਕੀਤੀ ਸੀ ਬਾਬਾ ਜੀ ਨੂੰ ਕਿ ਜਿਨ੍ਹਾਂ ਨੂੰ ਡਿਸਕ ਪ੍ਰੋਬਲਮ, ਸਰਵਾਈਕਲ, 5 ਸਾਲ ਦੇ, 10 ਸਾਲ ਦੀ, 20 ਸਾਲ ਦੀ, ਉਹ 5 ਮਿੰਟ ਦੇ ਅੰਦਰ ਮਰੀਜ਼ ਦੱਸੇਗਾ ਵੀ ਮੈਂ ਠੀਕ ਹਾਂ। ਫਿਰ ਬਾਬਾ ਜੀ ਕਹਿੰਦੇ ਵੀ ਮੇਰੇ ਤੋਂ ਸ਼ੁਰੂਆਤ ਕਰੋ ਤੁਸੀਂ। ਅੱਜ ਸਾਨੂੰ ਹੁਣ ਕੁਛ ਟਾਈਮ ਹੋਇਆ, ਸਾਨੂੰ 2 ਘੰਟੇ ਹੋ ਗਏ ਲੱਗਿਆ ਨੂੰ, ਮੇਲਾ ਤਾਂ ਪੂਰੀਆਂ ਲਾਈਨਾਂ ਲੱਗੀਆਂ ਹੋਈਆਂ ਸੰਗਤਾਂ ਦੀ। ਹੁਣ ਉਹ ਜਿਨ੍ਹਾਂ ਜਿਨ੍ਹਾਂ ਦਾ ਵੀ ਇਲਾਜ ਕੀਤਾ ਅਤੇ ਬਾਬਾ ਜੀ ਖੁਦ ਦੱਸਣਗੇ ਜੀ ਕਿਵੇਂ ਲੱਗਿਆ ਬਾਬਾ ਜੀ। ਇਹ ਸਾਡੇ ਵੇਖਦੇ ਆ ਜੀ, ਕਈਆਂ ਨੂੰ ਪਾਣੀ ਮਾੜਾ ਕਰਕੇ ਗੋਡਿਆਂ 'ਤੇ ਬਹੁਤ ਹੀ ਜ਼ਿਆਦਾ ਤੰਗੀ ਆ। ਉਹ ਜਿਹੜੀਆਂ ਬੀਬੀਆਂ ਬਹਿ ਕੇ ਉੱਠਿਆ ਵੀ ਨਹੀਂ ਜਾਂਦਾ, ਉਹਨਾਂ ਬੀਬੀਆਂ ਨੂੰ ਇਹਨਾਂ ਤੋਰ ਫੇਰ ਕੇ ਵਿਖਾਇਆ, ਬੈਠਕਾਂ ਮਰਾ ਮਰਾ ਕੇ ਸਿੰਘਾਂ ਨੂੰ ਵਿਖਾਇਆ,
ਅਤੇ ਬਹੁਤ ਵਧੀਆ ਇਲਾਜ ਕਰਦੇ ਆ, ਤੇਲ ਹੀ ਲਾਉਂਦਾ, ਕੋਈ ਦਵਾਈ ਮੁੱਲ ਨਹੀਂ ਦਿੱਤੀ। ਤੁਸੀਂ ਫ੍ਰੀ ਇਲਾਜ ਤੁਸੀਂ ਪਹੁੰਚੇ ਕਿੱਥੋਂ? ਅਸੀਂ ਦਿੱਲੀ ਤੋਂ ਪਹੁੰਚੇ ਜੀ। ਅੱਜ ਅਸੀਂ ਜਿਹੜੇ ਨਾਨਕ ਸਰ ਦੇ ਮੁਖੀ ਸਾਨੂੰ ਉਹ ਲੈ ਕੇ ਆਏ ਸੀਗੇ, ਉਹਨਾਂ ਦੀ ਬਦੌਲਤ ਅਸੀਂ ਅੱਜ ਇੱਥੇ ਪਹੁੰਚੇ ਹਾਂ। ਅਤੇ ਉਹ ਸਾਡਾ ਬੈਨਰ ਲੱਗਿਆ ਸੀ ਉਹ ਬਾਬਾ ਜੀ ਦੇ, ਅਸੀਂ ਸਾਨੂੰ ਕਰਵਾਉਣ ਜਾ ਰਹੇ। ਕਦੋਂ ਤੋਂ ਇਹ ਸੇਵਾ ਤੁਹਾਡੀ ਇੱਥੇ ਕਦੋਂ ਤੋਂ ਚੱਲ ਰਹੀ? ਇਹ ਅਸੀਂ ਸਿਰਫ ਦਰਸ਼ਨ ਕਰਨ ਵਾਸਤੇ ਆਏ ਸੀਗੇ, ਸਵੇਰੇ ਆਏ ਸੀਗੇ, ਲੇਕਿਨ ਅਸੀਂ 2-3 ਦਿਨਾਂ ਤੋਂ ਚੱਲੇ ਹੋਏ। ਜਿੱਥੇ ਜਿੱਥੇ ਵੀ ਸੰਗਤਾਂ ਦਾ ਪਿਆਰ ਆ, ਜਿੱਥੇ ਉਹਨਾਂ ਨੇ ਇੱਕ ਮਰੀਜ਼ ਨੇ ਇਲਾਜ ਕਰਾਇਆ ਸਾਨੂੰ, ਉੱਥੇ ਇੱਕ ਇੱਕ ਦਿਨ ਪੂਰਾ ਪੂਰਾ ਹੀ ਲੱਗ ਗਿਆ ਜੀ। ਉੱਥੇ ਅਸੀਂ ਜਲੰਧਰ ਆਇਆ, ਇੱਕ ਦਿਨ ਇੱਕ ਮਰੀਜ਼ ਨੇ ਦਿਖਾਇਆ ਅਤੇ ਉਹ ਕਹਿੰਦੇ ਜੀ ਅਸੀਂ ਤੁਹਾਨੂੰ ਜਾਣ ਨਹੀਂ ਦੇਣਾ ਹੈਗਾ। ਉਸ ਤੋਂ ਬਾਅਦ ਮੈਨੂੰ ਇੱਕ ਦਿਨ ਉੱਥੇ ਲੱਗ ਗਿਆ, ਦੂਸਰਾ ਦਿਨ ਸਾਨੂੰ ਕਪੂਰਥਲੇ ਜ਼ਿਲ੍ਹੇ 'ਚ ਲੱਗ ਗਿਆ, ਤੀਸਰਾ ਦਿਨ ਅਸੀਂ ਇੱਥੋਂ ਪਹੁੰਚੇ ਹਾਂ ਇੱਕ ਪਿੰਡ ਦੇ ਵਿੱਚ ਹੀ ਲੱਗ ਗਿਆ, ਚੌਥੇ ਦਿਨ ਵਾਸਤੇ ਅਸੀਂ 4 ਦਿਨਾਂ ਲਈ ਅਸੀਂ ਆਏ ਸੀਗੇ, ਲੇਕਿਨ ਚੌਥੇ ਦਿਨ ਵਿੱਚ ਇੱਥੇ ਅਸੀਂ ਸੰਗਤਾਂ ਦੇ ਸਾਨੂੰ ਦਰਸ਼ਨ ਕਰਨ ਦਾ ਸਾਨੂੰ ਮੌਕਾ ਮਿਲਿਆ। ਜਦੋਂ ਬਾਬਾ ਜੀ ਦੇ ਅੱਗੇ ਬੇਨਤੀ ਕੀਤੀ, ਉਹ ਕਹਿੰਦੇ ਅਸੀਂ ਤੁਹਾਨੂੰ ਜਾਣ ਨਹੀਂ ਦੇਣਾ, ਤੁਸੀਂ ਇੱਥੋਂ ਹੀ ਸ਼ੁਰੂਆਤ ਕਰੋ ਜੀ। ਬਹੁਤ ਅੱਛਾ ਲੱਗਿਆ ਸੀ, ਕਹਿੰਦੇ ਵੀ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਦਿਹਾੜੇ 'ਤੇ ਲੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ, ਅਤੇ ਅਸੀਂ ਚਾਹੁੰਦੇ ਹਾਂ ਜੋ ਗੁਰੂ ਨਾਨਕ ਪਾਤਸ਼ਾਹ ਨੇ ਇਹ ਸ਼ਫਾ ਇਹ ਗੁਰੂ ਨਾਨਕ ਪਾਤਸ਼ਾਹ ਦਿੱਤੀ, ਅਸੀਂ ਪੂਰੀ ਦੁਨੀਆ ਵਿੱਚ ਇਹਨੂੰ ਅਸੀਂ ਪਹੁੰਚਾਉਣਾ ਚਾਹੁੰਦੇ ਹਾਂ ਵੀ ਜਿਹਨਾਂ ਨੂੰ ਵੀ ਕੋਈ ਸਾਡੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਸੇਵਾ ਅਸੀਂ ਦਿਨ ਰਸ ਇਲਾਜ ਇਲਾਜ ਕਿਸ ਤਰ੍ਹਾਂ ਦਾ, ਕਿੱਦਾਂ ਇਲਾਜ ਕਰਦੇ? ਬੈਕ ਪੇਨ ਵਗੈਰਾ ਹੋਵੇ, ਡਿਸਕ ਜਾਂ ਸਰਵਾਈਕਲ ਦੀ ਪ੍ਰੋਬਲਮ ਆ 5 ਸਾਲ ਤੋਂ ਜਾਂ 10 ਸਾਲ ਤੋਂ, ਅਸੀਂ ਸਿਰਫ ਬੈਕ ਪੇਨ ਤੋਂ ਅਸੀਂ ਬੈਕ ਤੋਂ 1-2-4 ਪੁਆਇੰਟ ਇਹ ਦਵਾਉਂਦੇ ਹਾਂ, ਤੁਰੰਤ ਪੇਸ਼ੈਂਟ ਠੀਕ ਹੁੰਦਾ ਜੀ। ਸਰਵਾਈਕਲ ਦਾ ਉਹ ਅਸੀਂ ਬਿਲਕੁਲ ਫਰੀ ਕਰ ਰਹੇ, ਕਿਸੇ ਤਰ੍ਹਾਂ ਦੀ ਕੋਈ ਸੇਵਾ ਭਾਵਨਾ ਦੇ ਨਾਲ ਨਹੀਂ ਆਏ। ਅਸੀਂ ਜੋ ਜਿਹਨਾਂ ਜਿਹਨਾਂ ਨੇ ਵੀ ਸੰਗਤਾਂ ਕਰੋ ਉਹਨੇ ਇਲਾਜ ਕਰਵਾਇਆ, ਇਹਨਾਂ ਦੇ ਬਾਬਾ ਜੀ ਦੇ ਸਾਹਮਣੇ ਕਰਵਾਇਆ, ਅਤੇ ਅਸੀਂ ਚਾਹੁੰਦੇ ਵੀ ਪਰਮਾਤਮਾ ਇਸੇ ਤਰ੍ਹਾਂ ਹੀ ਸੰਗਤਾਂ ਨੂੰ ਜਿਹੜੀ ਮਤਲਬ ਕਿ ਇਹ ਤੰਦਰੁਸਤੀਆਂ ਬਖਸ਼ੇ ਰਹਿਣ, ਜੋ ਸਾਡੀ ਸੇਵਾ ਅਤੇ ਉਹ ਪਰਮਾਤਮਾ ਇਸੇ ਤਰ੍ਹਾਂ ਹੀ ਜਾਰੀ ਰੱਖੇ ਅਸੀਂ। ਕਿਉਂਕਿ ਕੁੱਲ ਦੁਨੀਆ ਜਿਹੜੀ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਿਤ ਜ਼ਰੂਰ ਹੈ, ਬਿਲਕੁਲ, ਪਰ ਜਿਹੜੀ ਬਿਮਾਰੀ ਦਾ ਤੁਸੀਂ ਨਾਂ ਲਿੱਤਾ ਇੱਥੇ ਤੁਸੀਂ ਇਲਾਜ ਕਰ ਰਹੇ ਹੋ, ਪਰ ਕੁਝ ਸੰਗਤਾਂ ਤੁਹਾਡੇ ਕੋਲ ਵੀ ਪਹੁੰਚਣਗੀਆਂ, ਆਪਣਾ ਐਡਰੈਸ ਜ਼ਰੂਰ ਦੱਸ ਦਿਓ। ਹਾਂਜੀ, ਅਸੀਂ ਐਡਰੈਸ ਬਿਲਕੁਲ ਦੇ ਰਹੇ ਹਾਂ, ਮੇਰਾ ਮੋਬਾਈਲ ਨੰਬਰ 98-141-94-233, ਡਾਕਟਰ ਰਣਦੀਪ ਸਿੰਘ ਦਿੱਲੀ, 98-141-94-233। ਮੇਰੇ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਸੇਵਾ, ਮੈਂ ਸੰਗਤਾਂ ਨੂੰ ਬੇਨਤੀ ਕਰਦਾ ਇਸ ਫੋਨ 'ਤੇ ਫੋਨ ਕਰਕੇ ਆਪ ਜੀ ਦਰਸ਼ਨ ਦੇ ਸਕਦੇ ਹੋ, ਅਤੇ ਕਿਸੇ ਤਰ੍ਹਾਂ ਦੀ ਸਾਡੇ ਲਈ ਸੇਵਾ ਅਸੀਂ ਸੇਵਾ ਨਿਭਾਵਾਂਗੇ। ਅਤੇ ਅਸੀਂ ਇੱਥੇ 11 ਤਰੀਕ ਤੱਕ ਅਸੀਂ ਦਰਸ਼ਨ ਕਰਾਂਗੇ ਜੀ, ਸਪੈਸ਼ਲ ਅਸੀਂ ਇਸੇ ਜਗ੍ਹਾ 'ਤੇ। ਹਾਂਜੀ ਹਾਂਜੀ, ਇਸੇ ਜਗ੍ਹਾ 'ਤੇ ਜਾਂ ਜਿੱਥੇ ਤੇਜ ਸਿੰਘ ਚੀਮਾ ਸਾਹਿਬ ਹੈਗੇ ਨੇ, ਅਸੀਂ ਉਹਨਾਂ ਦੇ ਦਫ਼ਤਰ ਦੇ ਕੋਲ ਅਸੀਂ ਜਾਣਾ ਸੀਗਾ, ਵੀ ਸੰਗਤਾਂ ਸਾਨੂੰ ਅਜੇ ਤੱਕ ਉੱਥੇ ਨਹੀਂ ਪਹੁੰਚਣ ਦਿੱਤਾ, ਵੀ ਇੱਥੇ ਬਹੁਤ ਹੀ ਸੰਗਤਾਂ ਵੀ ਬਹੁਤ ਪਰੇਸ਼ਾਨ ਆ ਵੀ ਤੁਸੀਂ ਹੁਣ ਛੱਡ ਕੇ ਤੁਸੀਂ ਜਾਣਾ ਚਾਹੁੰਦੇ। ਮੈਂ ਕਿਹਾ ਵੀ ਗੁਰੂ ਨਾਨਕ ਪਾਤਸ਼ਾਹ ਦਾ ਸਥਾਨ ਆ ਜਿੱਥੇ ਅਸੀਂ ਚਾਹੁੰਦੇ ਵੀ, ਮਤਲਬ ਅਸੀਂ ਤਾਂ ਸੇਵਾ ਹੀ ਕਰਨੀ, ਸਾਡੇ ਭਾਵਨਾ ਹੀ ਸੇਵਾ ਕਰਨੀ, ਅਸੀਂ ਇਹੀ ਸੱਚ ਅਸੀਂ ਮੰਨ ਕੇ ਆਏ ਸੀ, ਅਸੀਂ ਸੋਚ ਕੇ ਆਏ ਵੀ ਅਸੀਂ ਸੇਵਾ ਹੀ ਕਰਨੀ। ਗੁਰੂ ਨਾਨਕ ਪਾਤਸ਼ਾਹ ਦੀ ਪੂਰੀ ਦੁਨੀਆ 'ਚ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਆ, ਜਿੱਥੇ ਬਿਠਾ ਲਿਆ ਅਸੀਂ ਬਹੁਤ ਖੁਸ਼ ਹਾਂ ਅਸੀਂ ਪਰਮਾਤਮਾ ਅੱਗੇ ਫਰਿਆਦ ਕਰਦੇ ਹਾਂ ਵੀ ਇਸੇ ਤਰ੍ਹਾਂ ਹੀ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਦੇ ਦਿੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਡਾਕਟਰ ਸਾਹਿਬ ਦਿੱਲੀ ਤੋਂ ਜਿਹੜੇ ਪਹੁੰਚੇ ਆ, ਕਿਉਂਕਿ ਕੋਈ ਨਾ ਕੋਈ ਬਿਮਾਰੀ ਤੋਂ ਪੀੜਤ ਹੈ ਹਰ ਇੱਕ ਇਨਸਾਨ, ਪਰ ਇੱਥੇ ਉਹਨਾਂ ਨੇ ਸੇਵਾ ਕੀਤੀ ਆ। ਕਹਿੰਦੇ ਜੀ ਸਰਵਾਈਕਲ, ਬੈਕ ਪੇਨ ਔਰ ਹੋਰ ਵੀ ਕੁਝ ਬਿਮਾਰੀਆਂ ਜਿਹੜੀਆਂ ਉਹ ਬਿਨਾਂ ਕੋਈ ਪੈਸਾ ਲਿਆ, ਕੁਝ ਜਿਹੜੇ ਪੁਆਇੰਟ ਉਹਨਾਂ ਦੇ ਦਬਾਉਂਦੇ ਨੇ ਉਹਨਾਂ ਦੇ ਕਹਿਣ ਮੁਤਾਬਕ, ਅਤੇ ਉਹਨਾਂ ਦੀ ਬਿਮਾਰੀ ਆ ਜਿਹੜੀ ਉਹ 5 ਮਿੰਟ ਦੇ ਵਿੱਚ ਕੱਟੀ ਜਾਂਦੀ। ਉਹਨਾਂ ਨੇ ਆਪਣਾ ਐਡਰੈਸ ਵੀ ਦਿੱਤਾ, ਔਰ ਸੰਗਤਾਂ ਇੱਥੇ ਵੱਧ ਤੋਂ ਵੱਧ ਪਹੁੰਚੀਆਂ, ਸਾਰੀਆਂ ਸੇਵਾ ਭਾਵਨਾ ਦੇ ਨਾਲ ਹੀ ਪਹੁੰਚੀਆਂ, ਕੋਈ ਵੀ ਇੱਥੇ ਕੁਛ ਕਮਾਉਣ ਦੇ ਲਈ ਨਹੀਂ ਪਹੁੰਚਿਆ। ਇੱਥੇ ਸੰਗਤਾਂ ਵੱਡੇ ਵੱਡੇ ਲੰਗਰ ਲਾ ਰਹੀਆਂ, ਇੱਥੇ ਸੰਗਤਾਂ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਇਲਾਜ ਕਰਵਾ ਰਹੀਆਂ ਕਰ ਰਹੀਆਂ, ਔਰ ਸੰਗਤਾਂ ਦਾ ਇਲਾਜ ਹੋ ਵੀ ਰਿਹਾ। ਅਸੀਂ ਆਪਣੇ ਇਸ ਚੈਨਲ ਦੇ ਜ਼ਰੀਏ ਅਸੀਂ ਅਪੀਲ ਕਰਾਂਗੇ ਸੰਗਤਾਂ ਨੂੰ ਕਿ ਉਹਨਾਂ ਨੇ ਨੰਬਰ ਦਿੱਤਾ, ਜਿਸ ਕਿਸੇ ਨੂੰ ਜ਼ਰੂਰਤ ਹੋਵੇ ਭਾਈ ਉਹਨਾਂ ਤੱਕ ਪਹੁੰਚ ਵੀ ਸਕਦਾ। ਵਿਜ਼ਨ ਪੰਜਾਬ ਦੀ ਟੀਮ ਵੱਲੋਂ ਮੁੱਖ ਦਰਬਾਰ ਗੁਰਦੁਆਰਾ ਬੇਰ ਸਾਹਿਬ ਪਹੁੰਚ ਕੇ ਵੀ ਵੇਖਿਆ ਗਿਆ ਕਿ ਕਿਸ ਤਰ੍ਹਾਂ ਉਤਸ਼ਾਹ ਦੇ ਨਾਲ ਸੰਗਤਾਂ ਇੱਥੇ ਪਹੁੰਚ ਕੇ ਨਤਮਸਤਕ ਹੋ ਰਹੀਆਂ ਨੇ। ਗੁਰਦੁਆਰਾ ਸ੍ਰੀ ਬੇਰ ਸਾਹਿਬ, ਮੁੱਖ ਗੁਰਦੁਆਰਾ ਸਾਹਿਬ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਾਲੀ ਵੇਈਂ ਦੇ ਵਿੱਚ ਚੁੱਭੀ ਮਾਰ ਕੇ ਉਸ ਤੋਂ ਬਾਅਦ, ਯਾਨੀ ਇਸ਼ਨਾਨ ਕਰਨ ਤੋਂ ਬਾਅਦ ਇੱਥੇ ਹੀ ਆ ਕੇ ਉਹ ਭਗਤੀ ਕਰਦੇ ਸੀ, ਗੁਰੂ ਦੇ ਨਾਲ ਜੁੜਦੇ ਸੀ, ਪਰਮਾਤਮਾ ਦੇ ਨਾਲ ਜੁੜਦੇ ਸੀ।
ਅਸੀਂ ਇਸ ਵੇਲੇ ਮੌਜੂਦ ਹਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਵਿੱਚ। ਹਾਲਾਂਕਿ ਮੌਸਮ ਬਾਰਿਸ਼ ਦਾ ਹੋ ਰੱਖਿਆ ਹੈ, ਕਾਫੀ ਬਾਰਿਸ਼ ਹੋ ਰਹੀ ਹੈ, ਪਰ ਸੰਗਤਾਂ ਇੱਥੇ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚੀਆਂ। ਤੁਹਾਨੂੰ ਦਿਖਾ ਦਈਏ, ਮੇਰੇ ਪਿੱਛੇ ਬਿਲਕੁਲ ਦਰਬਾਰ ਸਾਹਿਬ ਸੁਸ਼ੋਭਿਤ ਹੈ, ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਵੇਲੇ ਨਤਮਸਤਕ ਹੋਣ ਦੇ ਲਈ ਆ ਰਹੀਆਂ ਨੇ। ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੰਗਤਾਂ ਦੇ ਵਿੱਚ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ, ਜਿਨ੍ਹਾਂ ਦੀ ਜੀਵਨੀ 'ਤੇ ਜੇਕਰ ਝਾਤ ਪਾਈਏ ਤਾਂ ਮਾਨਵਤਾ ਦੀ ਸੇਵਾ ਔਰ ਬਹੁਤ ਸਾਰੀਆਂ ਸਿੱਖਿਆਵਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ, ਜਿਨ੍ਹਾਂ ਦੇ ਬਾਰੇ ਅੱਜ ਸਾਨੂੰ ਗੌਰ ਕਰਨ ਦੀ ਲੋੜ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਇੱਥੇ ਮਨਾਇਆ ਜਾ ਰਿਹਾ ਹੈ। ਭਾਰੀ ਉਤਸ਼ਾਹ ਹੈ ਸੰਗਤਾਂ ਦੇ ਵਿੱਚ, ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚੀਆਂ। ਮੇਰੇ ਬਿਲਕੁਲ ਪਿੱਛੇ ਦਰਬਾਰ ਸਾਹਿਬ ਸੁਸ਼ੋਭਿਤ ਹੈ, ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਵੇਲੇ ਨਤਮਸਤਕ ਹੋਣ ਦੇ ਲਈ ਆ ਰਹੀਆਂ। ਤੁਹਾਨੂੰ ਦਿਖਾ ਦਈਏ ਕਿ ਸੰਗਤਾਂ ਦਾ ਹਜ਼ੂਮ ਹੈ ਜਿਹੜਾ ਉਹ ਲਗਾਤਾਰ ਇੱਥੇ ਨਤਮਸਤਕ ਹੋਣ ਆ ਰਿਹਾ ਹੈ। ਬਾਰਿਸ਼ ਕਾਫੀ ਹੋਈ ਹੈ, ਹਾਲਾਂਕਿ ਮੌਸਮ ਦੇ ਵਿੱਚ ਤਬਦੀਲੀ ਆਈ ਹੈ, ਪਰ ਫਿਰ ਵੀ ਸੰਗਤਾਂ ਦਾ ਉਤਸ਼ਾਹ ਹੈ ਜਿਹੜਾ ਉਹ ਦੇਖਿਆ ਹੀ ਬਣਦਾ ਹੈ। ਸਾਡੇ ਨਾਲ ਇੱਥੇ ਕੁਛ ਲੋਕ ਮੌਜੂਦ ਹੈ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਕਿੱਥੋਂ ਆਏ ਹੋ ਜੀ? ਅਸੀਂ ਗੁਰਦਾਸਪੁਰ ਤੋਂ ਜੀ। ਕਿਵੇਂ ਦਾ ਲੱਗਾ ਅੱਜ? ਬਹੁਤ ਵਧੀਆ ਲੱਗਾ। ਬਾਬੇ ਨਾਨਕ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਏ ਹੋ, ਦਿਹਾੜਾ ਮਨਾਇਆ ਜਾ ਰਿਹਾ 550 ਸਾਲਾਂ। ਹਾਂਜੀ, ਬਹੁਤ ਵਧੀਆ ਲੱਗਾ ਸਾਡੇ। ਬਹੁਤ ਖੁਸ਼ੀ ਹੋਈ ਆ ਜੀ, ਬਹੁਤ ਖੁਸ਼ੀ ਹੋਈ ਆ ਗੁਰੂ ਨਾਨਕ ਦੇਵ ਦੇ ਦਰਬਾਰ 'ਤੇ ਆਏ ਜੀ। ਮੌਸਮ ਬਾਰਿਸ਼ ਦਾ ਹੋ ਰੱਖਿਆ, ਫਿਰ ਵੀ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ? ਬਹੁਤ ਸੰਗਤ ਫਿਰ ਵੀ ਬੜੀ ਖੁਸ਼ ਹੈ। ਹਾਂਜੀ, ਬਹੁਤ ਖੁਸ਼ ਆ, ਮੀਂਹ ਵੱਧ 'ਚ ਖੁਸ਼ ਆ ਜੀ। ਬਿਲਕੁਲ, ਤਾਂ ਸੰਗਤਾਂ ਇੱਥੇ ਕਾਫੀ ਉਤਸ਼ਾਹ ਦੇ ਵਿੱਚ ਨਜ਼ਰ ਆ ਰਹੀਆਂ ਹੈ। ਤੁਹਾਨੂੰ ਦਿਖਾ ਦਈਏ ਕਿ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਇੱਥੇ ਨਤਮਸਤਕ ਹੋਣ ਦੇ ਲਈ ਆ ਰਹੀਆਂ। ਦਰਬਾਰ ਸਾਹਿਬ ਗੁਰਦੁਆਰਾ ਸ੍ਰੀ ਬੇਰ ਸਾਹਿਬ ਇੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਵੇਲੇ ਹਾਜ਼ਰੀ ਭਰਨ ਆਈਆਂ ਹੋਈਆਂ। ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਨਤਮਸਤਕ ਹੋ ਰਹੀਆਂ ਹੈ। ਜੇਕਰ ਪੰਜਾਬ ਸਰਕਾਰ ਦੇ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਪ੍ਰਬੰਧ ਪੁਖਤਾ ਨੇ, ਸੁਰੱਖਿਆ ਪ੍ਰਬੰਧਾਂ ਦੀ ਗੱਲ ਕਰ ਲਈਏ ਜਾਂ ਫਿਰ ਆਵਾਜਾਈ ਦੇ ਪ੍ਰਬੰਧਾਂ ਦੀ ਗੱਲ ਕਰ ਲਈਏ ਤਾਂ ਪ੍ਰਬੰਧ ਇੱਥੇ ਕਾਫੀ ਪੁਖਤਾ ਨਜ਼ਰ ਆਉਂਦੇ ਆ। ਸਾਡੇ ਨਾਲ ਕੁਝ ਨੌਜਵਾਨ ਆ ਰਹੇ, ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ। ਵੀਰ ਜੀ, ਕਿੱਥੋਂ ਪਹੁੰਚੇ ਹੋ? ਅਸੀਂ ਸਰਸਾ ਤੋਂ ਆਇਆਂ ਜੀ, ਹਰਿਆਣਾ ਤੋਂ ਜੀ। ਕਿਵੇਂ ਦਾ ਲੱਗ ਰਿਹਾ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਦਿਹਾੜਾ ਜਿਹੜਾ ਮਨਾਇਆ ਜਾ ਰਿਹਾ, ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚ ਰਹੀਆਂ? ਹਾਂਜੀ, ਬਹੁਤ ਖੁਸ਼ੀ ਹੋ ਰਹੀ ਹੈ ਸਾਨੂੰ। ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ 'ਤੇ ਆਏ ਹੋਏ ਹਾਂ ਅਸੀਂ, ਔਰ ਬਹੁਤ ਖੁਸ਼ੀ ਹੈ ਸਾਨੂੰ ਕਿ ਸਾਨੂੰ ਇਹ ਵੇਖਣ ਦਾ ਮੌਕਾ ਮਿਲਿਆ, ਸੁਭਾਗ ਪ੍ਰਾਪਤ ਹੋਇਆ।
ਜੀ, ਕਿਉਂਕਿ ਮੌਸਮ ਦੀ ਗੱਲ ਕਰੀਏ ਤਾਂ ਮੌਸਮ 'ਚ ਤਬਦੀਲੀ ਆਈ ਹੈ, ਬਾਰਿਸ਼ ਹੋਈ ਹੈ, ਪਰ ਸੰਗਤਾਂ ਦਾ ਉਤਸ਼ਾਹ ਜਿਹੜਾ ਕਿਤੇ ਨਾ ਕਿਤੇ ਉਸੇ ਤਰ੍ਹਾਂ ਹੀ ਬਣਿਆ ਹੋਇਆ। ਹਾਂਜੀ, ਇਹ ਵੀ ਵਾਹਿਗੁਰੂ ਦੀ ਅਪਾਰ ਕਿਰਪਾ ਜੀ ਕਿ ਇੰਨਾ ਬਾਰਿਸ਼ ਹੋਣ ਦੇ ਬਾਵਜੂਦ ਵੀ ਸੰਗਤਾਂ ਉਸੇ ਤਰ੍ਹਾਂ ਗੁਰੂ ਚਰਨਾਂ ਦੇ ਵਿੱਚ ਨਤਮਸਤਕ ਹੋਣ ਲਈ ਆ ਰਹੀਆਂ ਨੇ, ਔਰ ਮੌਸਮ ਬਹੁਤ ਵਧੀਆ ਹੋ ਗਿਆ, ਔਰ ਜਿਹੜੀ ਧੁੰਦ ਵਗੈਰਾ ਉਹ ਵੀ ਸਾਫ਼ ਹੋ ਜਾਣੀ ਇਸ ਨਾਲ। ਜੀ ਬਿਲਕੁਲ, ਔਰ ਸਾਡੇ ਨਾਲ ਕੁਛ ਹੋਰ ਲੋਕ ਵੀ ਮੌਜੂਦ ਆ। ਕੀ ਨਾਮ ਹੈ ਵੀਰ ਜੀ? ਤਰਲੋਕ ਸਿੰਘ ਜੀ। ਕਿੱਥੋਂ ਪਹੁੰਚੇ ਹੋ ਜੀ? ਸਰਸਾ ਤੋਂ ਜੀ। ਸਰਸਾ ਤੋਂ ਇੱਥੇ ਕਿੰਨੇ ਦਿਨ ਦੇ ਆਏ ਹੋ, ਕਿਉਂਕਿ ਦੂਰ ਤੋਂ ਤੁਸੀਂ ਆਏ ਹੋ, ਕਿੰਨੇ ਦਿਨ ਤੁਹਾਨੂੰ ਇੱਥੇ ਹੋ ਗਏ ਆ, ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ? ਅਸੀਂ ਅੱਜ ਹੀ ਆਏ ਜੀ ਇੱਥੇ। ਜੀ ਹਾਂਜੀ, ਬਹੁਤ ਵਧੀਆ ਲੱਗ ਰਿਹਾ ਸਾਨੂੰ। ਹਾਂਜੀ, ਖੁਸ਼ੀ ਸਰ ਦੇਖ ਕੇ ਤਾਂ ਪ੍ਰਬੰਧ ਕੀਤੇ ਜਿੱਦਾਂ ਸਰਕਾਰ ਨੇ। ਜੀ ਬਿਲਕੁਲ, ਸਾਡੇ ਨਾਲ ਨੌਜਵਾਨ ਕੁਝ ਹੋਰ ਵੀ ਮੌਜੂਦ ਹੈ, ਕਿਉਂਕਿ ਕੁਝ ਨੌਜਵਾਨ ਇੱਥੇ ਸੇਵਾ ਵੀ ਕਰ ਰਹੇ ਆ, ਡਿਊਟੀਆਂ ਲੱਗੀਆਂ ਵੱਖ ਵੱਖ ਜਗ੍ਹਾ 'ਤੇ। ਕੀ ਨਾਮ ਹੈ ਵੀਰ ਜੀ? ਹਰਸ਼ਦੀਪ ਸਿੰਘ ਜੀ। ਹਰਸ਼ਦੀਪ ਜੀ, ਤੁਹਾਡੇ ਆਈਡੈਂਟੀ ਕਾਰਡ ਪਾਏ ਹੋਏ ਆ ਇੱਥੇ, ਤੁਸੀਂ ਸੇਵਾ ਕਰ ਰਹੇ ਹੋ ਕੋਈ? ਹਾਂਜੀ, ਸੇਵਾ ਕਰ ਰਹੇ ਜੀ, ਚਾਹ ਦੀ ਸੇਵਾ ਆਪਣੀ ਇੱਥੇ। ਜੀ ਕਿੰਨੇ ਕੁ ਦਿਨ ਤੋਂ ਲੰਗਰ ਚੱਲ ਰਿਹਾ? ਇਹ ਜੀ ਅਸੀਂ 4 ਤਰੀਕ ਦੇ ਆਏ ਹੋਏ, 4 ਤੋਂ ਪਹਿਲਾਂ ਤਾਂ ਚੱਲ ਰਿਹਾ ਅਤੇ 15 ਤਰੀਕ ਤੱਕ ਚੱਲੂਗਾ। ਜੀ ਲੰਗਰ ਦੀ ਗੱਲ ਕਰੀਏ ਤਾਂ ਕਿੰਨੀ ਕੁ ਸੰਗਤ ਇੱਥੇ ਪਹੁੰਚਦੀ ਹੈ ਜੀ, ਕਿਉਂਕਿ ਹਲੇ ਜਿਹੜੇ ਮੁੱਖ ਸਮਾਗਮ ਨੇ 12 ਨਵੰਬਰ ਨੂੰ ਹੋਣੇ ਆ, ਇੱਥੇ ਸਮਾਗਮਾਂ ਦੀ ਗੱਲ ਕਰੀਏ ਤਾਂ ਇੱਥੇ ਕਿੰਨੀ ਕੁ ਸੰਗਤ ਹੈ ਜਿਹੜੀ ਹੁਣ ਵੀ ਨਤਮਸਤਕ ਹੋਣ ਲਈ ਪਹੁੰਚਦੀ ਹੈ? ਸੰਗਤ ਬਹੁਤ ਆਉਂਦੀ ਹੈ ਜੀ, ਸੰਗਤ ਦੀ ਕੋਈ ਗਿਣਤੀ ਨਹੀਂ ਕਰ ਸਕਦਾ ਇੱਥੇ, ਵਾਧੂ ਮਹਾਰਾਜ ਦੀ ਕਿਰਪਾ ਨਾਲ ਹੀ ਸੰਗਤ ਇੱਥੇ। ਜੀ ਮੌਸਮ ਦੀ ਗੱਲ ਕਰੀਏ ਤਾਂ ਮੌਸਮ 'ਚ ਤਬਦੀਲੀ ਆ ਗਈ ਆ, ਫਿਰ ਵੀ ਕਿਤੇ ਨਾ ਕਿਤੇ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ? ਹਾਂਜੀ ਸਰ। ਜੀ ਤੁਹਾਨੂੰ ਦੱਸ ਦਈਏ ਕਿ ਕਾਫੀ ਸੰਗਤਾਂ ਦੇ ਵਿੱਚ ਵੱਡਾ ਉਤਸ਼ਾਹ ਹੈ, ਕਿਉਂਕਿ ਸੁਭਾਗੇ ਨੇ ਲੋਕ, ਵਡਭਾਗਾ ਦਿਨ ਹੈ, ਕਿਉਂਕਿ 550 ਸਾਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਮਨਾਇਆ ਜਾਣਾ ਹੈ, ਇਸ ਤੋਂ ਬਾਅਦ 600 ਸਾਲਾਂ ਜੇ ਮਨਾਇਆ ਜਾਣਾ ਹੈ ਤਾਂ ਕੌਣ ਉਹਦੇ ਵਿੱਚ ਹੋਏਗਾ ਕੌਣ ਨਹੀਂ ਹੋਏਗਾ ਇਹ ਕਿਸਮਤ ਦੀ ਗੱਲ ਰਹਿ ਜਾਣੀ ਹੈ। ਅਸੀਂ ਵੀ ਆਪਣੇ ਆਪ ਨੂੰ ਸੁਭਾਗਾ ਸਮਝਦੇ ਹਾਂ, ਵਡਭਾਗੇ ਸਮਝਦੇ ਹਾਂ ਕਿ ਸਾਨੂੰ ਇੱਥੇ ਨਤਮਸਤਕ ਹੋਣ ਦਾ ਮੌਕਾ ਮਿਲਿਆ। ਅਸੀਂ ਤੁਹਾਨੂੰ ਦਿਖਾ ਦਈਏ ਇੱਕ ਵਾਰ ਕਿ ਸੰਗਤਾਂ ਇਸ ਤਰਫ ਤੋਂ ਜੇਕਰ ਗੱਲ ਕਰੀਏ, ਸੱਜੇ ਪਾਸਿਓਂ ਸੰਗਤਾਂ ਇੱਥੇ ਦਰਬਾਰ ਸਾਹਿਬ ਦੇ ਵਿੱਚ ਹਾਜ਼ਰ ਹੁੰਦੀਆਂ, ਨਤਮਸਤਕ ਹੁੰਦੀਆਂ, ਅਤੇ ਉਸ ਤੋਂ ਬਾਅਦ ਇਸ ਦਰਵਾਜ਼ੇ ਦੇ ਰਾਹੀਂ, ਖੱਬੇ ਪਾਸੇ ਮੇਰੇ ਦਰਵਾਜ਼ੇ ਦੇ ਰਾਹੀਂ ਸੰਗਤਾਂ ਜਿਹੜੀਆਂ ਨਤਮਸਤਕ ਹੋਣ ਤੋਂ ਬਾਅਦ ਇੱਧਰ ਆਉਂਦੀਆਂ। ਇੱਥੇ ਵੱਡੀ ਤਾਦਾਦ ਦੇ ਵਿੱਚ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ, ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ, ਇਸ ਕਰਕੇ ਪ੍ਰਬੰਧ ਨੇ ਜਿਹੜੇ ਉਹ ਕਾਫੀ ਪੁਖਤਾ ਕੀਤੇ ਗਏ ਹੋਏ ਆ। ਸਾਡੇ ਨਾਲ ਇੱਧਰ ਮੌਜੂਦ ਨੇ, ਕੀ ਨਾਮ ਹੈ ਜੀ? ਮਦਨ ਲਾਲ ਸ਼ਰਮਾ ਜੀ। ਸ਼ਰਮਾ ਜੀ ਕਿੱਥੋਂ ਪਹੁੰਚੇ ਹੋ? ਕਪੂਰਥਲਾ ਤੋਂ ਜੀ। ਕਪੂਰਥਲਾ ਤੋਂ, ਕਿਵੇਂ ਦਾ ਲੱਗ ਰਿਹਾ? ਕਿ ਬਾਰਿਸ਼ ਵੀ ਹੋ ਰਹੀ ਹੈ ਪਰ ਫਿਰ ਵੀ ਨਤਮਸਤਕ ਹੋਣ ਲਈ ਅਸੀਂ ਪਹੁੰਚੇ। ਆਨੰਦ ਆ ਰਿਹਾ ਜੀ, ਬੜਾ ਬਹੁਤ ਬਾਬਾ ਜੀ ਦਾ ਕਿਰਪਾ, ਬੜਾ ਸੁਹਾਗ ਮੌਕਾ ਸਾਨੂੰ ਮਿਲਿਆ ਜੀ, ਕਿ ਬਾਰਿਸ਼ ਛੱਡ ਕੇ ਕੁਛ ਵੀ ਹੋਵੇ ਸਾਨੂੰ ਕੋਈ ਪਰਵਾਹ ਨਹੀਂ ਜੀ, ਬੜਾ ਆਨੰਦ ਆ ਰਿਹਾ, ਬੜਾ ਮਜ਼ਾ ਆ ਰਿਹਾ ਜੀ। ਸੰਗਤਾਂ ਦੇ ਵਿੱਚ ਉਤਸ਼ਾਹ ਦੇਖਿਆ ਹੀ ਬਣਦਾ ਹੈ, ਕਹਿੰਦੇ ਜੀ ਇਕੱਲੀ ਬਾਰਿਸ਼ ਨਹੀਂ ਕੁਛ ਵੀ ਹੋਵੇ ਪਰ ਅਸੀਂ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚੇ ਹਾਂ, ਸਾਨੂੰ ਖੁਸ਼ੀ ਹੈ ਕਿ ਅਸੀਂ ਇੱਥੇ ਪਹੁੰਚੇ ਹਾਂ। ਅਸੀਂ ਲਗਾਤਾਰ ਤਸਵੀਰਾਂ ਤੁਹਾਡੇ ਸਾਹਮਣੇ ਰੱਖੀਆਂ, ਬਾਰਿਸ਼ ਕਾਫੀ ਹੋ ਰਹੀ ਹੈ, ਅਸੀਂ ਦੇਖਣਾ ਹੋਏਗਾ ਕਿ 12 ਤਰੀਕ ਨੂੰ ਹੋਣ ਵਾਲੇ ਸਮਾਗਮਾਂ ਦੇ ਵਿੱਚ ਇਸ ਤੋਂ ਹੋਰ ਕਿੱਡੀ ਕੁ ਵੱਡੀ ਤਾਦਾਦ ਦੇ ਵਿੱਚ ਸੰਗਤਾਂ ਇੱਥੇ ਪਹੁੰਚਦੀਆਂ। ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਰਵੀ ਸੰਗਰਾਹੂਰ, ਵਿਜ਼ਨ ਪੰਜਾਬ TV, ਸੁਲਤਾਨਪੁਰ ਲੋਧੀ। ਸੋ ਇਸ ਸਟੋਰੀ ਆਫ ਦਾ ਡੇ ਵਿਜ਼ਨ ਸਪੈਸ਼ਲ, ਜਿਸ ਦੇ ਵਿੱਚ ਅੱਜ ਅਸੀਂ ਤੁਹਾਨੂੰ ਦਿਖਾਇਆ ਕਿ ਸੁਲਤਾਨਪੁਰ ਲੋਧੀ ਦੇ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਜਿਹੜੇ ਸਮਾਗਮ ਕੀਤੇ ਜਾ ਰਹੇ ਨੇ, ਉੱਥੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ, ਕਿਸ ਤਰ੍ਹਾਂ ਲੋਕ ਉੱਥੇ ਪਹੁੰਚ ਰਹੇ ਨੇ, ਕੀ ਕੁਝ ਪ੍ਰਬੰਧ ਕੀਤੇ ਗਏ ਨੇ, ਕੱਲ੍ਹ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ, ਤੁਸੀਂ ਦੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।